हेलो, लक्कड़ मंडी अब्बू शाह की दरगाह तो अगे एक घर है जिथे सरेआम नशा बिक रहा है। सरेआम नशा बिक रहा है, उत्थे दे प्रधान नूं भी पता नशा बेच रहे ने, पर कोई फर्क नहीं पैंदा, चिट्टा बेचते ने लोग, सरेआम लैके जाते हैं वेट करके। मैं तुहानूं बाहरों उहदा घर दिखाना, अंदर भी जाऊँगा, अंदर भी लैके जाऊँगा। और मेरे को एक वीडियो नहीं, इन्हां दी बहुत वीडियो है, इन्हां दी माँ तो लैके, माँ भी बेच रही है, मुंडा मुंडा बेच रहा, एक मुंडा नौकर रखा है बेचारा, उन्हें कुटते हैं मारते हैं, वह भी नशा बेचता है। यदि नूँ मुंडे की घरवाली वह भी नशा बेचती है, भैन भी बेचती है, बिल्कुल नाल वाला घर है, मामा कहते हैं, मामा वह भी बेचता। मुंडे का नाँ है दीपक, दीपक दे, दीपक की वाइफ सरेआम नशा किता बिकता इतने। हाँ देखो, मैं तुम लैके जा रहा उत्थे, और नीली जी तरपाल पई हुई है, उस घर सरेआम नशा बिकता इतने। प्रधान भी पता मुंडे का ना दीपक, दीपक की वाइफ घरवाली दीपक की, दोनों नशा बेचते हैं, माँ तो लैके मुंडा नू भैं मामा सब नशा बिकता जी इस घर से। ये घर है, इतने सरेआम नशा बिकता। अम्मा अम्मा ਕਿਵੇਂ? ਹੈਲੋ, ਐਤਵਾਰ ਦਾ ਟਾਈਮ ਨਹੀਂ ਵਾ, ਹਾਂ ਨਾਲ ਤਾਂ ਲਿਆ ਨੂੰ ਅੰਦਰ ਕਹਿੰਦੇ ਛੇ ਲੈ ਲੈਣਾ ਹੈ। ਹਾਂ ਜੀ, ਥੋੜ੍ਹੀ ਦੇਰ ਤੱਕ ਆ ਰਹੀ ਹੈ ਰਸਤੇ 'ਚ, ਟਾਈਮ ਲੱਗਦਾ ਜਿਸ ਟਾਈਮ ਮੈਂ ਪਹਿਲਾਂ ਆ ਗਿਆ ਉਦੋਂ ਚੱਲੀ ਹੈ। ਆ ਦੀਪਕ ਆ ਲੈ ਗਿਆ ਸੀਗਾ ਅੰਮਾ ਨੂੰ, ਮੈਂ ਉਹਦੀ ਕਹਿਤਾ ਸੀ ਬੇਗਾਰ ਸਮਾਨ, ਉਹ ਪਤਾ ਨਹੀਂ ਚੁੱਕਤਾ ਜਾ, ਅੰਮਾ ਨੂੰ ਵੀ ਕੋਈ ਨਾ ਵਾਪਸ ਦੇ ਦੇ। ਯਾਰ ਇਹ ਤਾਂ ਚਿੱਟਾ ਸਮਾਨ ਨਾ ਨਾ ਦੇ ਮੈਨੂੰ, ਉਹ ਨਾ ਦੇ ਉਸ ਦੇ ਨਾਲ, ਇਹ ਨਹੀਂ ਮੈਂ ਲੈਣਾ। ਟੋਟਾ ਕਹਿ ਰਿਹਾ ਸੀਗਾ, ਕਹਿੰਦਾ ਅਸੀਂ ਬਾਈ ਬਾਈ ਦੇ ਕਰਦੇ ਹਾਂ, ਕਹਿੰਦਾ ਸਰ। ਅੱਜ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੋਈ ਔਰਤ ਨਸ਼ਾ ਵੇਚਦੀ ਹੈ, ਅਤੇ ਉਸ 'ਤੇ ਅੱਜ ਪੁਲਿਸ ਵੱਲੋਂ ਇੱਕ ਰੇਡ ਵੀ ਕੀਤੀ ਗਈ ਹੈ, ਕੀ ਨਿਕਲ ਕੇ ਸਾਹਮਣੇ ਆਇਆ ਜੀ? ਇੱਕ ਵੀਡੀਓ ਜੋ ਵਾਇਰਲ ਹੋ ਰਹੀ ਸੀਗੀ, ਉਹ ਦੀਪਕ ਨਾਮ ਦਾ ਵਿਅਕਤੀ ਹੈ, ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਜੀ, ਜੋ ਅੱਜ ਅਸੀਂ ਰੇਡ ਕੀਤੀ ਹੈ। ਰੇਡ ਸਾਡੀਆਂ ਪਹਿਲਾਂ ਵੀ ਚੱਲਦੀਆਂ ਰਹਿੰਦੀਆਂ ਨੇ ਰੂਟੀਨ 'ਚ, ਅਤੇ ਅੱਜ ਅਸੀਂ ਸਮੇਤ ਸਾਰੇ ਆਪਣਾ ਥਾਣੇ ਦੀ ਪੁਲਿਸ ਨਾਲ ਰੇਡ ਕੀਤੀ। ਇਹ ਤਾਂ ਘਰੇ ਨਹੀਂ ਮਿਲਿਆ ਸਾਨੂੰ, ਅਤੇ ਇਹਦੀ ਜਿਹੜੀ ਠਹਿਰਗਾਹ ਸੀਗੀ ਉਹਦੀ ਪ੍ਰੋਪਰ ਚੈਕਿੰਗ ਕੀਤੀ ਗਈ ਹੈ ਜੀ। ਫਿਲਹਾਲ ਸਾਨੂੰ ਕੋਈ ਇਹੋ ਜਿਹੀ ਸਮੱਗਰੀ ਨਸ਼ੇ ਸੰਬੰਧੀ ਕੁਝ ਵੀ ਸਾਨੂੰ ਪ੍ਰਾਪਤ ਨਹੀਂ। ਸਰ, ਇਸ ਵਿਅਕਤੀ 'ਤੇ ਪਹਿਲਾਂ ਵੀ ਕੋਈ ਮੁਕੱਦਮਾ ਚੱਲਦਾ ਜੀ? ਇੱਥੇ ਪਹਿਲਾਂ ਤਿੰਨ ਮੁਕੱਦਮੇ ਦਰਜ ਨੇ ਜੀ। ਪਿਛਲੇ ਮਹੀਨੇ ਇੱਕ ਮੁਕੱਦਮਾ ਨੰਬਰ 30/2019 ਦਾ ਸੀ, ਐਕਸਾਈਜ਼ ਐਕਟ ਦਾ, ਸ਼ਰਾਬ ਦਾ ਜੀ। ਉਹ 'ਚ POC ਆ, ਉਸਨੂੰ ਅਸੀਂ ਗ੍ਰਿਫਤਾਰ ਵੀ ਕੀਤਾ ਸੀ ਲਾਸਟ ਮਹੀਨੇ ਦੀ ਗੱਲ ਜੀ। ਅਤੇ ਜਿਹੜੀ ਇਹ ਵੀਡੀਓ ਆ, ਫਿਰ ਇਸ 'ਚ ਕਿੰਨੀ ਕੁ ਸੱਚਾਈ ਨਜ਼ਰ ਆ ਰਹੀ ਹੈ? ਦੇਖੋ ਜੀ, ਉਹ ਹੁਣ ਵੀਡੀਓ ਨੂੰ ਤਾਂ ਚਲੋ ਤੁਸੀਂ ਵੀ ਬਚਿਆ, ਅਸੀਂ ਵੀ ਬਚਿਆ ਜੀ, ਤਾਂ ਹੀ ਅਸੀਂ ਉੱਥੇ ਰੇਡ ਕਰਾਈ ਹੈ ਜੀ। ਜੀ, ਬਾਕੀ ਐਂ ਵੀ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ, ਅੱਗੇ ਪੀਸ ਦੇਖਦੇ ਹਾਂ ਜੋ ਵੀ ਤਾਂ ਸਾਹਮਣੇ ਆਉਂਦੇ। ਪਰੰਤੂ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ, ਸਾਡੀ ਰੂਟੀਨ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ, ਨਸ਼ਾ ਸਮੱਗਲਰ ਜੋ ਵੀ ਨੇ ਜੀ, ਉਹਨਾਂ ਖਿਲਾਫ ਸਾਡੀ ਰੂਟੀਨ 'ਚ ਰੇਡ ਬਹੁਤ ਕਾਨੂੰਨੀ ਕਾਰਵਾਈਆਂ ਚੱਲਦੀਆਂ ਰਹਿੰਦੀਆਂ ਜੀ। ਪਿਛਲੇ ਅਸੀਂ ਇਸ ਸਾਲ ਦੇ ਸਟਾਰਟਿੰਗ ਤੋਂ ਲੈ ਕੇ ਜਨਵਰੀ 8 ਤੋਂ ਲੈ ਕੇ 22 ਮੁਕੱਦਮੇ NDPS ਦੇ ਦਰਜ ਕੀਤੇ ਨੇ ਜੀ। ਠੀਕ ਹੈ ਜੀ, ਅਫੀਮ ਵੀ ਹੋ ਗਈ, ਭੁੱਕੀ ਦਾ ਵੀ ਹੋ ਗਿਆ, ਸੁਰਫਾ ਹੋ ਗਿਆ, ਗਾਂਜਾ ਹੋ ਗਿਆ ਠੀਕ ਜੀ। ਮੋਸਟਲੀ ਇਹਦੇ ਖਿਲਾਫ ਪਹਿਲਾਂ ਵੀ ਗਾਂਜੇ ਦੇ ਇਲਜ਼ਾਮ ਕਰਦੇ ਸੀ ਜੀ। ਸਾਡੀ ਇਹਨਾਂ ਖਿਲਾਫ, ਇਹਦੇ ਖਿਲਾਫ ਜਾਂ ਇਹ ਅਜਿਹੇ ਵਰਗਿਆਂ ਦੇ ਖਿਲਾਫ ਲਗਾਤਾਰ ਕਾਨੂੰਨੀ ਕਾਰਵਾਈ ਅਸੀਂ ਕਰ ਰਹੇ ਹਾਂ, ਸਮਝ ਲਿਆਉਂਦੇ ਹਾਂ। ਸਰ, ਜੇਕਰ ਕਿਸੇ ਵਿਅਕਤੀ ਨੂੰ ਕੋਈ ਇਨਫੋਰਮੇਸ਼ਨ ਵਗੈਰਾ ਦੇਣੀ ਹੁੰਦੀ ਹੈ ਪੁਲਿਸ ਨੂੰ, ਕਿਉਂਕਿ ਇਹ ਵੀ ਇੱਕ ਵੀਡੀਓ ਇਨਫੋਰਮੇਸ਼ਨ ਦਾ ਮਾਧਿਅਮ ਹੀ ਬਣਿਆ, ਤੇ ਉਹ ਕਿਸ ਤਰ੍ਹਾਂ ਤੁਹਾਨੂੰ ਸੰਪਰਕ ਕਰੇ? ਸਾਡੇ SHO ਦਾ ਨੰਬਰ, ਮੁਨਸ਼ੀ ਦਾ ਨੰਬਰ, ਠੀਕ ਹੈ ਜੀ। ਅਸੀਂ ਡਿਸਪਲੇ ਵੀ ਕੀਤਾ ਹੋਇਆ ਥਾਣੇ ਵੀ, ਜਿਹੜੇ ਸਾਡੇ ਆਪਣਾ ਜਿਹੜੀ ਸਾਈਟ ਆ ਪਟਿਆਲਾ ਪੁਲਿਸ ਦੀ, ਉੱਥੇ ਪ੍ਰੋਪਰ ਡਿਸਪਲੇ ਨੇ। ਸਾਡੇ WhatsApp ਚੱਲਦੇ ਨੇ ਰੂਟੀਨ 'ਚ, ਸਾਨੂੰ ਲੋਕਾਂ ਦੇ ਆਉਂਦੇ ਨੇ ਮੈਸੇਜ, ਆਉਂਦੇ ਨੇ WhatsApp ਆਉਂਦਾ,
ਠੀਕ ਹੈ ਜੀ ਅਸੀਂ ਇਨਸ਼ੋਰ ਕਰਦੇ ਹਾਂ ਜੀ ਨਾ ਤਾਂ ਅਸੀਂ ਦੱਸਣ ਵਾਲੇ ਦਾ ਕਦੇ ਵੀ ਅੱਗੇ ਜ਼ਿਕਰ ਨਹੀਂ ਕੀਤਾ ਜਾਂਦਾ ਅਤੇ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਸਬਰ ਰੱਖਣ ਦੀ ਲੋੜ ਹੈ ਜੀ ਹੈ ਨਾ ਚਲੋ ਜਿਸਨੇ ਵੀਡੀਓ ਪਾਈ ਹੈ ਠੀਕ ਹੈ ਜੀ ਸਾਨੂੰ ਉਹ ਸਾਨੂੰ ਮਿਲਿਆ ਕਲੀਅਰ ਹੋਇਆ ਨਾਲ ਦੀ ਨਾਲ ਉਹ ਸਾਨੂੰ ਵੀ ਦੱਸ ਸਕਦੇ ਨੇ ਸਾਨੂੰ ਦੱਸਣ ਮੈਂ ਪੁਲਿਸ ਸਟੇਸ਼ਨ 'ਚ ਹੁੰਦਾ ਮੁਨਸ਼ੀ ਹੁੰਦਾ ਹੋਰ ਸਟਾਫ ਹੁੰਦਾ ਅਗਰ ਨਹੀਂ ਕੋਈ ਕਾਨੂੰਨੀ ਕਾਰਵਾਈ ਹੁੰਦੀ ਤਾਂ ਚਲੋ ਆਪਣਾ ਹੋਰ ਰੂਪ ਤਿਆਰ ਕਰ ਸਕਦੇ जी मतलब ऐसे व्यक्तियों के खिलाफ कार्रवाई लिए पुलिस हमेशा तैयार है हमेशा तैयार है जी अभी करते रहने साढ़े वालों बेफिक्रे अभी अपना पूरा काम करते